अज दे समाज की बहुत वड्डी समस्या कि नक दे विच बार बार जिहड़ी कंजेशन हुंदी आ लोकां नूं जां छिक्कां बार बार आउंदियां नेजल कैविटी दे विचों पानी जिहड़ा हैगा रनिंग नोज हुंदा आ जां नेजल कंजेशन हैगी आ इह आम तौर ते लोक इह कह दिंदे आ कि साडे नक दी हड्डी वध गई भाव मास वध गया जी ਜਿਹੜਾ ਇਲੈਕਟ੍ਰੋਪੈਥੀ ਸਿਸਟਮ ਆਫ ਮੈਡੀਸਨ ਦੇ ਨਾਲ ਬਾਇਓਲੋਜੀਕਲੀ ਸੈਂਟੀਫਿਕਲੀ ਇਸ ਮੈਡੀਸਨ ਦੇ ਨਾਲ ਉਹਨਾਂ ਦਾ ਪ੍ਰੋਪਰ ਤਰੀਕੇ ਦੇ ਨਾਲ ਮੂਲ ਤੋਂ ਕਦੀਮ ਤੋਂ ਜੜ੍ਹ ਤੋਂ ਉਹਨਾਂ ਦਾ ਇਲਾਜ ਕੀਤਾ ਜਾਂਦਾ ਸਾਡੇ ਕੋਲ ਨੰਬਰ ਆਫ ਪੇਸ਼ੈਂਟ ਹੈਗੇ ਨੇ ਜਿਹਨਾਂ ਨੂੰ ਕਿ ਇਹ ਸੀ ਜਿਹਨਾਂ ਨੇ ਕਿ ਬਹੁਤ ਵੱਡੇ ਵੱਡੇ ਹੋਸਪਿਟਲ ਦੇ ਵਿੱਚ ਆਪਣੇ ਨੇਜ਼ਲ ਦੇ ਐਕਸਰੇ ਜਾਂ ਸਕੈਨਿੰਗ ਕਰਵਾਈ ਸੀ ਜਾਂ ਇੱਕ ਦੋ ਜਾਂ ਤਿੰਨ ਦਫ਼ਾ ਉਹਨਾਂ ਨੇ ਨੱਕ ਦੀ ਹੱਡੀ ਦਾ ਆਪਰੇਟ ਵੀ ਕਰਾਇਆ ਸੀ ਤਾਂ ਵੀ ਉਹਨਾਂ ਮਰੀਜ਼ਾਂ ਨੂੰ ਆਰਾਮ ਨਹੀਂ ਆਇਆ ਇਹ ਸਵਾਲ ਬੜੇ ਦਰਸ਼ਕਾਂ ਦੇ ਜ਼ਿਹਨ ਦੇ ਵਿੱਚ ਹੋਏਗਾ ਕਿ ਇਹ ਨੱਕ ਦੇ ਵਿੱਚ ਐਲਰਜੀ ਹੋਣਾ ਨੱਕ ਦੀ ਪ੍ਰੋਬਲਮ ਹੋਣਾ ਬਾਰ ਬਾਰ ਛਿੱਕਾਂ ਆਉਣੀਆਂ ਔਰ ਇਹ ਜੋ ਨੇਜ਼ਲ ਕੰਜੈਸ਼ਨ ਦੀ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ ਇਹਦੇ ਕਾਜ਼ਸ ਕੀ ਨੇ ਕਿਉਂ ਹੁੰਦਾ ਹੈ ਬੇਸਿਕਲੀ ਪਹਿਲਾ ਕਾਜ਼ ਆਪਾਂ ਇਹ ਲੈਂਦੇ ਹਾਂ ਕਿ ਉਹ ਹੈਰੀਡਿਟੀ ਜੈਨੇਟਿਕਲੀ ਪ੍ਰੋਬਲਮ ਵੀ ਹੋ ਸਕਦੀ ਹੈ ਜਿਹੜੀ ਪੇਰੈਂਟਸ ਤੋਂ ਆਉਂਦੀ ਜਿਹੜੀ ਖਾਨਦਾਨ ਨਹੀਂ ਆਉਂਦੀ ਉਸ ਤੋਂ ਇਲਾਵਾ ਫਾਸਟ ਫੂਡ ਜੰਕ ਫੂਡ ਅਤੇ ਜਿਹੜਾ ਐਟਮੋਸਫੇਅਰ 'ਚ ਆਪਾਂ ਰਹਿੰਦੇ ਉਹ ਹੋ ਸਕਦਾ ਅਤੇ ਦੂਸਰਾ ਇਹ ਹੁੰਦਾ ਕਿ ਆਪਾਂ ਜਿਹੜਾ ਡੀਪ ਬਰੀਦ ਨਹੀਂ ਕਰਦੇ ਅਰਥਾਤ ਗਹਿਰਾ ਡੂੰਘਾ ਸਾਹ ਲੈਣਾ ਮਨੁੱਖ ਅੱਜ ਭੁੱਲ ਗਿਆ ਮਾਡਰਨ ਸਾਇੰਸ ਹੈਗੀ ਆ ਉਹਨਾਂ ਕੋਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਉਹ ਇਹ ਹੈ ਕਿ ਅਨਵਾਂਟਡ ਗਰੋਥ ਆ ਅਤੇ ਕੱਟ ਕੇ ਬਾਹਰ ਕੱਢ ਦਿਓ ਪਰ ਫਿਰ ਤੋਂ ਉਹ ਫਸਲ ਦੀ ਤਰ੍ਹਾਂ ਦੁਬਾਰਾ ਉੱਗ ਜਾਂਦੀ ਜੀ ਪਰ ਸਿਸਟਮ ਆਫ ਇਲੈਕਟ੍ਰੋਪੈਥੀ ਵਿੱਚ ਕੀ ਹੈਗਾ ਕਿ ਤੁਸੀਂ ਉਸ ਰੂਟ ਕਾਜ਼ ਨੂੰ ਡਾਇਗਨੋਸ ਕਰਕੇ ਬਿਮਾਰੀ ਨੂੰ ਜੜ੍ਹ ਤੋਂ ਲੱਭ ਕੇ ਫਿਰ ਉਸਦਾ ਜਿਹੜਾ ਹੈਗਾ ਇਲਾਜ ਕੀਤਾ ਜਾਂਦਾ ਨੇਲਸ ਦੇਖਦੇ ਹਾਂ ਟੰਗ ਦੇਖਦੇ ਹਾਂ ਆਈਜ ਦੇਖਦੇ ਹਾਂ ਅਤੇ ਪਲਸ ਦੇਖ ਕੇ ਉੱਤੋਂ ਉਹਨਾਂ ਦਾ ਜਿਹੜਾ ਹੈਗਾ ਇੱਕ ਪ੍ਰੋਪਰ ਡਾਇਗਨੋਸ ਕੀਤਾ ਜਾਂਦਾ ਤਾਂ ਮੈਂ ਚਾਹੂੰਗੀ ਕਿ ਇੱਕ ਵਾਰ ਤੁਸੀਂ ਇਹ ਵੀ ਦੱਸ ਦਿਓ ਕਿ ਟ੍ਰੀਟਮੈਂਟ ਜਿਹੜਾ ਇਹਦਾ ਕਿੰਨੇ ਕੁ ਸਮੇਂ ਦਾ ਹੁੰਦਾ ਕਿੰਨੇ ਕੁ ਟਾਈਮ ਦੇ ਵਿੱਚ ਜਿਹਨਾਂ ਨੂੰ ਨੇਜ਼ਲ ਕੰਜੈਸ਼ਨ ਦੀ ਪ੍ਰੋਬਲਮ ਹੁੰਦੀ ਹੈ ਉਹ ਠੀਕ ਹੋਏ ਨੇ ਤੁਹਾਡੇ ਕੋਲ ਪੇਸ਼ੈਂਟ ਟ੍ਰੀਟਮੈਂਟ ਹੈਗਾ ਉਹ ਪੇਸ਼ੈਂਟ ਦੀ ਏਜ ਦੇ ਮੁਤਾਬਕ ਹੁੰਦਾ ਪੇਸ਼ੈਂਟ ਦੀ ਬਿਮਾਰੀ ਕਿੰਨੇ ਸਾਲਾਂ ਤੋਂ ਪੁਰਾਣੀ ਹੈਗੀ ਹੈ ਜੀ ਕੀ ਉਹਨੇ ਪਹਿਲਾਂ ਆਪਰੇਟ ਕਰਵਾਇਆ ਜਾਂ ਨਹੀਂ ਕਰਵਾਇਆ ਕੀ ਉਹਨੇ ਕੋਈ ਬਹੁਤ ਸਾਰੀਆਂ ਸਟੀਰੋਇਡ ਲਿੱਤੇ ਨੇ ਨਹੀਂ ਲਿੱਤੇ ਦਵਾਈਆਂ ਖਾਧੀਆਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜਾਂ ਫਿਰ ਜਦੋਂ ਉਹਨੂੰ ਅਸੀਂ ਡਾਇਗਨੋਸ ਕਰਦੇ ਉਸ ਦੇ ਅਕੋਰਡਿੰਗਲੀ ਪਤਾ ਲੱਗਦਾ ਕਿ ਇਹਨਾਂ ਦੀ ਇਮਿਊਨਿਟੀ ਜਿਹੜੀ ਪੇਸ਼ੈਂਟ ਦੀ ਹੈਗੀ ਆ ਉਹ ਕਿੰਨੀ ਕਿਹਾ ਕਿ ਉਹਨੂੰ 3 ਮਹੀਨੇ ਲੱਗਣਗੇ 6 ਮਹੀਨੇ ਲੱਗਣਗੇ ਜਾਂ 8 ਮਹੀਨੇ ਲੱਗਣਗੇ ਉਹਦੇ ਅਕੋਰਡਿੰਗਲੀ ਬਹੁਤ ਸਾਰੇ ਨੰਬਰ ਆਫ ਪੇਸ਼ੈਂਟ ਆ ਮਿਨੀਮਮ ਜਿਹੜਾ ਹੈਗਾ 3 ਤੋਂ 6 ਮਹੀਨੇ ਦੇ ਵਿੱਚ ਉਹਦਾ ਠੀਕ ਹੋ ਜਾਂਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਏਅਰ ਟੀਵੀ ਅਤੇ ਮੈਂ ਹਾਂ ਮਨਪ੍ਰੀਤ ਕੌਰ ਦਰਸ਼ਕੋ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਦੇ ਨੱਕ ਦੇ ਵਿੱਚ ਵਾਰ ਵਾਰ ਇਨਫੈਕਸ਼ਨ ਹੁੰਦੀ ਹੈ ਨੱਕ ਦੇ ਵਿੱਚੋਂ ਦੀ ਪਾਣੀ ਬਾਹਰ ਆਉਂਦਾ ਹੈ ਛਿੱਕਾਂ ਲੱਗ ਜਾਂਦੀਆਂ ਨੇ ਨੇਜ਼ਲ ਕੰਜੈਸ਼ਨ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ ਅਤੇ ਇਲੈਕਟ੍ਰੋਪੈਥੀ ਦੇ ਰਾਹੀਂ ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਕਿਵੇਂ ਇਸ ਦਾ ਇਲਾਜ ਜਿਹੜਾ ਹੈ ਇਲੈਕਟ੍ਰੋਪੈਥੀ ਦੇ ਵਿੱਚ ਸੰਭਵ ਹੈ ਅਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਈ ਬਾਇਓ ਕੇਅਰਜ਼ ਕਲੀਨਿਕ 'ਤੇ ਅਤੇ ਗੱਲਬਾਤ ਕਰਾਂਗੇ ਡਾਕਟਰ ਜਸਵਿੰਦਰ ਸਿੰਘ ਹੋਣਾ ਦੇ ਨਾਲ ਸਾਡੇ ਨਾਲ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਜਿਹੜੀ ਏਅਰ ਟੀ ਵੀ ਹੈਗਾ ਇਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਧੰਨਵਾਦ ਹਾਂ ਜੀ ਕਿ ਮੈਂ ਅੱਗੇ ਵੀ ਇਹ ਗੱਲ ਕਰਦਾ ਹੁੰਦਾ ਕਿ ਦੁਨੀਆ ਨੂੰ ਆਪਾਂ ਕੈਮੀਕਲ ਮੁਕਤ ਕਰਨ ਤੋਂ ਤੁਸੀਂ ਇੱਕ ਜਿਹੜਾ ਬੀੜਾ ਉਠਾਇਆ ਆ ਇਹਦੇ ਵਾਸਤੇ ਮੈਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦਾ ਤੇ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਵਾਕਈ ਇਹ ਅੱਜ ਦੇ ਸਮਾਜ ਦੀ ਬਹੁਤ ਵੱਡੀ ਸਮੱਸਿਆ ਕਿ ਨੱਕ ਦੇ ਵਿੱਚ ਬਾਰ ਬਾਰ ਜਿਹੜੀ ਕੰਜੈਸ਼ਨ ਹੁੰਦੀ ਆ ਲੋਕਾਂ ਨੂੰ ਜਾਂ ਛਿੱਕਾਂ ਬਾਰ ਬਾਰ ਆਉਂਦੀਆਂ ਨੇਜ਼ਲ ਕੈਵਿਟੀ ਦੇ ਵਿੱਚੋਂ ਪਾਣੀ ਜਿਹੜਾ ਹੈਗਾ ਰਨਿੰਗ ਨੋਜ਼ ਹੁੰਦਾ ਆ ਜਾਂ ਨੇਜ਼ਲ ਕੰਜੈਸ਼ਨ ਹੈਗੀ ਆ ਇਹ ਆਮ ਤੌਰ 'ਤੇ ਲੋਕ ਇਹ ਕਹਿ ਦਿੰਦੇ ਆ ਕਿ ਸਾਡੇ ਨੱਕ ਦੀ ਹੱਡੀ ਵੱਧ ਗਈ ਭਾਵ ਮਾਸ ਵੱਧ ਗਿਆ ਇਹੋ ਜਿਹੀਆਂ ਬਹੁਤ ਸਾਰੀਆਂ ਸਮਾਜ ਦੇ ਵਿੱਚ ਲੋਕਾਂ ਨੂੰ ਸਮੱਸਿਆਵਾਂ ਹੈਗੀਆਂ ਅਤੇ ਜਿਹੜਾ ਇਲੈਕਟ੍ਰੋਪੈਥੀ ਸਿਸਟਮ ਆਫ ਮੈਡੀਸਨ ਦੇ ਨਾਲ ਬਾਇਓਲੋਜੀਕਲੀ ਸੈਂਟੀਫਿਕਲੀ ਇਸ ਮੈਡੀਸਨ ਦੇ ਨਾਲ ਉਹਨਾਂ ਦਾ ਪ੍ਰੋਪਰ ਤਰੀਕੇ ਦੇ ਨਾਲ ਮੂਲ ਤੋਂ ਕਦੀਮ ਤੋਂ ਜੜ੍ਹ ਤੋਂ ਉਹਨਾਂ ਦਾ ਇਲਾਜ ਕੀਤਾ ਜਾਂਦਾ ਉਹਨਾਂ ਦਾ ਰਨਿੰਗ ਨੋਜ਼ ਰਹਿੰਦਾ ਸੀ ਨੱਕ ਵਗਦਾ ਰਹਿੰਦਾ ਸੀ ਹੈਡਕ ਰਹਿੰਦੀ ਸੀ ਬੁਖਾਰ ਰਹਿੰਦਾ ਸੀ ਅਤੇ ਛਿੱਕਾਂ ਆਉਣੋਂ ਬੰਦ ਨਹੀਂ ਸੀ ਹੁੰਦੀਆਂ ਅਤੇ ਬੇਹੱਦ ਜ਼ਿਆਦਾ ਉਹ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ ਪਰ ਜਦੋਂ ਦੇ ਉਹ ਈ ਬਾਇਓ ਕੇਅਰਸ ਦੇ ਵਿੱਚੋਂ ਉਹਨਾਂ ਨੇ ਟ੍ਰੀਟਮੈਂਟ ਲਈ ਆ ਸਿਸਟਮ ਆਫ ਇਲੈਕਟ੍ਰੋਪੈਥੀ ਦੇ ਨਾਲ ਉਹਨਾਂ ਦੀ ਜਿਹੜੀ ਨੇਜ਼ਲ ਕੰਜੈਸ਼ਨ ਸੀ ਉਹ ਬਿਲਕੁਲ ਠੀਕ ਹੈ ਅਤੇ ਨੱਕ ਦੇ ਵਿੱਚ ਹੁੰਦਾ ਕੀ ਅਸਲ 'ਚ ਜਿਹਨੂੰ ਆਪਾਂ ਕਹਿ ਦਿੰਦੇ ਕਿ ਹੱਡੀ ਵੱਧ ਜਾਂਦੀ ਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਨੇਜ਼ਲ ਪੋਲਸ ਹੋ ਜਾਂਦੇ ਜਿੱਦਾਂ ਕਿ ਅੰਗੂਰਾਂ ਦੇ ਗੁੱਛੇ ਹੁੰਦੇ ਆ ਨਾ ਉਸ ਤਰ੍ਹਾਂ ਨੱਕ ਦੇ ਅੰਦਰ ਇੱਕ ਨੈਚੁਰਲੀ ਅਨਵਾਂਟਡ ਗਰੋਥ ਹੋ ਜਾਂਦੀ ਆ ਨੱਕ ਦੇ ਵਿੱਚ ਇੱਥੇ ਨੇਜ਼ਲ ਕੈਵਿਟੀ ਦੇ ਵਿੱਚ ਜਿਹਦੇ ਨਾਲ ਕਿ ਏਅਰ ਦਾ ਫਲੂ ਜਿਹੜਾ ਹੈਗਾ ਆਕਸੀਜਨੇਟਡ ਜਿਹੜਾ ਬਲੱਡ ਆ ਅਤੇ ਆਕਸੀਜਨ ਦੀ ਜਿਹੜੀ ਸਪਲਾਈ ਆ ਬ੍ਰੇਨ ਨੂੰ ਅਤੇ ਨੇਜ਼ਲ ਕੈਵਿਟੀ ਨੂੰ ਘੱਟ ਜਾਂਦੀ ਆ ਜਿਹਦਾ ਕਰਕੇ ਮੁਕਸ ਮੈਂਬਰਨ
ਭਾਵ ਕਿ ਨੱਕ ਦਾ ਵਗਣਾ ਸ਼ੁਰੂ ਹੋ ਜਾਂਦਾ ਵਾਰ ਵਾਰ ਇਰੀਟੇਸ਼ਨ ਖਾਰਸ਼ ਆਉਂਦੀ ਨੱਕ ਦੇ ਵਿੱਚ ਤੇ ਫਿਰ ਪੇਸ਼ੈਂਟ ਨੂੰ ਪਰੇਸ਼ਾਨੀ ਹੁੰਦੀ ਹੈ ਤੇ ਛਿੱਕਾਂ ਵਾਰ ਵਾਰ ਆਉਂਦੀਆਂ ਇੱਥੇ ਹੀ ਬਸ ਨਹੀਂ ਕਿ ਉਹ ਕਦੀ ਕਿਸੇ ਡਾਕਟਰ ਕੋਲ ਜਾਂਦਾ ਕਦੀ ਓਪਰੇਟ ਕਰਾਉਂਦਾ ਕਦੀ ਕੁਛ ਕਰਾਉਂਦੇ ਉਹ 6 ਮਹੀਨੇ 1 ਸਾਲ ਵਾਸਤੇ ਪੇਸ਼ੈਂਟ ਠੀਕ ਰਹਿੰਦਾ ਆਫਟਰ ਓਪਰੇਟ ਜੀ ਬਟ ਫਿਰ ਕੀ ਹੁੰਦਾ ਕਿ ਉਹ 6 ਮਹੀਨੇ ਸਾਲ ਬਾਅਦ ਫਿਰ ਤੋਂ ਨੇਜ਼ਲ ਪੋਲਪਸ ਜਿਹੜੇ ਹੈਗੇ ਆ ਅੰਗੂਰਾਂ ਦੇ ਗੁੱਛੇ ਦੀ ਤਰ੍ਹਾਂ ਨੱਕ ਦੇ ਵਿੱਚ ਜਿਹਨੂੰ ਕਹਿ ਦਿੰਦੇ ਹੱਡੀ ਵੱਧ ਗਈ ਆ ਜਾਂ ਅਨਵਾਂਟਡ ਗਰੋਥ ਜਿਹੜੀ ਆ ਉਹ ਜਦੋਂ ਹੋ ਜਾਂਦੀ ਆ ਤੇ ਪੇਸ਼ੈਂਟ ਦੀ ਫਿਰ ਤੋਂ ਪਹਿਲਾਂ ਵਾਲੀ ਕੰਡੀਸ਼ਨ ਹੋ ਜਾਂਦੀ ਆ ਜਿਹਨਾਂ ਨੂੰ ਵਾਰ ਵਾਰ ਮੁੜ ਕੇ ਪ੍ਰੋਬਲਮ ਨਹੀਂ ਹੋਈ ਉਹਨਾਂ ਦੀਆਂ ਛਿੱਕਾਂ ਦਾ ਸਮੱਸਿਆ ਦਾ ਹੱਲ ਹੋ ਗਿਆ ਉਹਨਾਂ ਦੇ ਨੱਕ ਵਿੱਚ ਵਧੀ ਹੋਈ ਹੱਡੀ ਦਾ ਹੱਲ ਹੋ ਗਿਆ ਰਨਿੰਗ ਨੋਜ਼ ਜਿਹੜਾ ਸੀ ਉਹ ਠੀਕ ਹੋ ਗਿਆ ਇੱਥੇ ਹੀ ਬਸ ਨਹੀਂ ਜਿਹੜੀ ਉਹਨਾਂ ਦੇ ਨੱਕ 'ਚ ਖਾਰਸ਼ ਆਉਂਦੀ ਸੀ ਜਿਹੜਾ ਉਹਦੇ ਨਾਲ ਉਹਨਾਂ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ ਸੀ ਹੈਡਕ ਰਹਿੰਦੀ ਸੀ ਬੁਖਾਰ ਰਹਿੰਦਾ ਸੀ ਉਹ ਵੀ ਬਿਲਕੁਲ ਠੀਕ ਆ ਬਹੁਤ ਸਾਰੇ ਪੇਸ਼ੈਂਟ ਨੰਬਰ ਆਫ ਪੇਸ਼ੈਂਟ ਆ ਜਿਹੜੇ ਇਸ ਟਾਈਮ ਇਲੈਕਟ੍ਰੋਪੈਥੀ ਸਿਸਟਮ ਆਫ ਮੈਡੀਸਨ ਦੇ ਨਾਲ ਇਸ ਟਾਈਮ ਆਪਣੀ ਲਾਈਫ ਜਿਹੜੀ ਹੈਗੀ ਆ ਨੇਜ਼ਲ ਕੰਜਕਸ਼ਨ ਤੋਂ ਮੁਕਤੀ ਪਾ ਕੇ ਬੜੇ ਆਨੰਦ ਅਤੇ ਸੁਖਦ ਢੰਗ ਨਾਲ ਜੀ ਰਹੇ ਜੀ ਤਾਂ ਮੈਂ ਇਹ ਵੀ ਜਾਣਨਾ ਚਾਹੂੰਗੀ ਇਹ ਸਵਾਲ ਬੜੇ ਦਰਸ਼ਕਾਂ ਦੇ ਜ਼ਹਿਨ ਦੇ ਵਿੱਚ ਹੋਏਗਾ ਕਿ ਇਹ ਨੱਕ ਦੇ ਵਿੱਚ ਐਲਰਜੀ ਹੋਣਾ ਨੱਕ ਦੀ ਪ੍ਰੋਬਲਮ ਹੋਣਾ ਵਾਰ ਵਾਰ ਛਿੱਕਾਂ ਆਉਣੀਆਂ ਔਰ ਇਹ ਜੋ ਨੇਜ਼ਲ ਕੰਜੈਸ਼ਨ ਦੀ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ ਇਹਦੇ ਕੌਜ਼ਸ ਕੀ ਨੇ ਕਿਉਂ ਹੁੰਦਾ ਹੈ ਬੇਸਿਕਲੀ ਕਾਰਨ ਕੀ ਹੈ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਮੈਂ ਚਾਹੂੰਗੀ ਕਾਰਨਾਂ ਬਾਰੇ ਜ਼ਰੂਰ ਦੱਸੋ ਤਾਂ ਕਿ ਬਹੁਤ ਸਾਰੇ ਦਰਸ਼ਕ ਜੇਕਰ ਇਸ ਸਮੱਸਿਆ ਤੋਂ ਪੀੜਤ ਨੇ ਤਾਂ ਉਹਨਾਂ ਨੂੰ ਪਤਾ ਲੱਗੇ ਕਿ ਉਹ ਪਛਾਣਨ ਕਿੱਦਾਂ ਇਸ ਚੀਜ਼ ਨੂੰ ਇਹ ਬਿਲਕੁਲ ਤੁਹਾਡੇ ਸਵਾਲ ਬੜਾ ਜਾਇਜ਼ ਆ ਬਹੁਤ ਹੀ ਇੱਕ ਢੁਕਵਾਂ ਸਵਾਲ ਕੀਤਾ ਕਿ ਸਾਰੇ ਪੇਸ਼ੈਂਟ ਪਹਿਲਾਂ ਇਹੀ ਕਹਿੰਦੇ ਕਿ ਇਲਾਜ ਤਾਂ ਬਹੁਤ ਕੀਤਾ ਪਰ ਇਹ ਪ੍ਰੋਬਲਮ ਹੋਈ ਕਿਉਂ ਇਹ ਹੋਣ ਦਾ ਕਾਰਨ ਕੀ ਹੈ ਇਹ ਹੋਣ ਦੇ ਕਾਰਨ ਅਲੱਗ ਅਲੱਗ ਹੁੰਦੇ ਜਿਸ ਤਰ੍ਹਾਂ ਕਿ ਮੈਡੀਕਲੀ ਸਾਇੰਸ ਦੇ ਤੌਰ 'ਤੇ ਦੇਖਿਆ ਜਾਵੇ ਕਿ ਹਰੇਕ ਪ੍ਰੋਬਲਮ ਜਿਹੜੀ ਹੈਗੀ ਆ ਉਹਦਾ ਪਹਿਲਾ ਕਾਜ਼ ਆਪਾਂ ਇਹ ਲੈਂਦੇ ਹਾਂ ਕਿ ਉਹ ਹੈਰੀਡਿਟੀ ਜੈਨੇਟਿਕਲੀ ਪ੍ਰੋਬਲਮ ਵੀ ਹੋ ਸਕਦੀ ਹੈ ਪੇਰੈਂਟਸ ਤੋਂ ਆਉਂਦੀ ਜਿਹੜੀ ਖਾਨਦਾਨੀ ਆਉਂਦੀ ਉਸ ਤੋਂ ਇਲਾਵਾ ਫਾਸਟ ਫੂਡ ਯੰਗ ਫੂਡ ਅਤੇ ਜਿਹੜਾ ਐਟਮੋਸਫੇਅਰ 'ਚ ਆਪਾਂ ਰਹਿੰਦੇ ਉਹ ਹੋ ਸਕਦਾ ਉਸ ਤੋਂ ਇਲਾਵਾ ਜਿਹੜੀ ਹੈਗੀ ਹੈ ਜਿੱਦਾਂ ਧੂੜ ਘੱਟਾ ਮਿੱਟੀ ਜਿਹੜੀ ਐਲਰਜੀ ਹੋ ਜਾਂਦੀ ਉਹ ਵੀ ਉਹਦਾ ਇੱਕ ਕੌਜ਼ ਬਣ ਸਕਦਾ ਇੱਥੇ ਹੀ ਬਸ ਨਹੀਂ ਕਿ ਪੈਸਟੀਸਾਈਡ ਜਿਹੜੇ ਆਪਣੇ ਖਾਣੇ 'ਚ ਹੈਗੇ ਉਹ ਵੀ ਹੈਗੇ ਆ ਅਤੇ ਦੂਸਰਾ ਇਹ ਹੁੰਦਾ ਕਿ ਆਪਾਂ ਜਿਹੜਾ ਡੀਪ ਬਰੀਦ ਨਹੀਂ ਕਰਦੇ ਅਰਥਾਤ ਗਹਿਰਾ ਡੂੰਘਾ ਸਾਹ ਲੈਣਾ ਮਨੁੱਖ ਅੱਜ ਭੁੱਲ ਗਿਆ ਜਿਹੜਾ ਕੇਵਲ ਨੇਜ਼ਲ ਕੰਜੈਸ਼ਨ ਹੀ ਨਹੀਂ ਚੈਸਟ ਦਾ ਕਾਰਨ ਬਣਦਾ ਬ੍ਰੇਨ ਦੀ ਐਂਜਾਇਟੀ ਦਾ ਕਾਰਨ ਬਣਦਾ ਹਾਰਟ ਦੇ ਰੋਗਾਂ ਦਾ ਕਾਰਨ ਬਣਦਾ ਪੇਟ ਦੇ ਰੋਗਾਂ ਦਾ ਕਾਰਨ ਬਣਦਾ ਮੁੱਕਦੀ ਗੱਲ ਕਿ ਜਦੋਂ ਆਪਾਂ ਡੂੰਘਾ ਗਹਿਰਾ ਸਾਹ ਲੈਣਾ ਭੁੱਲ ਗਏ ਹਾਂ ਤੇ ਸਾਡੇ ਅੰਦਰ ਡੈਫੀਸ਼ੀਐਂਸੀ ਆਫ ਆਕਸੀਜਨ ਹੋ ਜਾਂਦੀ ਹਾਈਡਰੋਜਨ ਆਇਨ ਦੀ ਕਮੀ ਹੋ ਜਾਂਦੀ ਆਰਬੀਸੀਜ ਦੀ ਕਮੀ ਹੋ ਜਾਂਦੀ ਆ ਤੇ ਜਿਹਦਾ ਕਾਰਨ ਕਰਕੇ ਸਾਨੂੰ ਸਭ ਤੋਂ ਪਹਿਲਾਂ ਡੀਆਕਸੀਜਨੇਟਡ ਬਲੱਡ ਜਿੱਥੇ ਹੁੰਦਾ ਭਾਵ ਕਿ ਆਕਸੀਜਨ ਦੀ ਕਮੀ ਜਿਹੜੀ ਹੈਗੀ ਆ ਜਦੋਂ ਕਿਸੇ ਵੀ ਆਪਣੇ ਟਿਸ਼ੂਜ਼ ਦੇ ਵਿੱਚ ਪਾਰਟੀਕਲ ਵਿੱਚ ਡੈਫੀਸ਼ੀਐਂਸੀ ਹੋ ਜਾਂਦੀ ਘਾਟ ਹੋ ਜਾਂਦੀ ਆ ਆਕਸੀਜਨ ਦੀ ਉੱਥੇ ਬੋਡੀ ਜਿਹੜੀ ਹੈਗੀ ਆ ਉੱਥੇ ਟਿਸ਼ੂਜ਼ ਦੀ ਕਲੈਕਸ਼ਨ ਹੋਣੀ ਸ਼ੁਰੂ ਹੋ ਜਾਂਦੀ ਆ ਜਿਹੜੇ ਸੈਲਸ ਪਾਰਟੀਕਲ ਹੈਗੇ ਨੇ ਟਿਸ਼ੂਜ਼ ਜਿਹੜੇ ਹੈਗੇ ਨੇ ਉਹਨਾਂ ਦੀ ਗਰੋਥ ਵਧਣੀ ਸ਼ੁਰੂ ਹੋ ਜਾਂਦੀ ਤਾਂ ਐਟੋਮੈਟਿਕਲੀ ਵੱਧਦੇ ਵੱਧਦੇ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕਾ ਕਿ ਐਟੋਮੈਟਿਕਲੀ ਵੱਧਦੇ ਵੱਧਦੇ ਅੰਗੂਰਾਂ ਦੇ ਗੁੱਛੇ ਦੀ ਤਰ੍ਹਾਂ ਇੱਕ ਅਨਵਾਂਟਡ ਗਰੋਥ ਹੋ ਜਾਂਦੀ ਆ ਜਿਹਨੂੰ ਆਪਾਂ ਕਹਿੰਦੇ ਨੇ ਕਿ ਨੇਜ਼ਲ ਕੰਜੈਸ਼ਨ ਹੋ ਗਈ ਨੱਕ ਦੀ ਹੱਡੀ ਵੱਧ ਗਈ ਇਹੋ ਜਿਹੇ ਕਾਰਨ ਅਤੇ ਬਹੁਤ ਸਾਰੇ ਹੋਰ ਵੀ ਕਾਰਨ ਹੁੰਦੇ ਜਾਂ ਪੈਸਟੀਸਾਈਡ ਕਹਿ ਲਓ ਜਾਂ ਫਾਸਟ ਫੂਡ ਯੰਗ ਫੂਡ ਸਾਰੇ ਉਹਨਾਂ ਚੀਜ਼ਾਂ ਦਾ ਜਿਹੜਾ ਕਾਰਨ ਇਹ ਬਣਦਾ ਜੀ ਡਾਕਟਰ ਸਾਹਿਬ ਜੋ ਗੱਲ ਕਰਦੇ ਤੁਸੀਂ ਇਹ ਵੀ ਦੱਸਿਆ ਕਿ ਬਹੁਤ ਸਾਰੇ ਲੋਕ ਐਕਸਰੇ ਕਰਵਾਉਂਦੇ ਨੇ ਪਤਾ ਲੱਗਦਾ ਕਿ ਨੱਕ ਦੀ ਹੱਡੀ ਜਿਹੜੀ ਵਧੀ ਹੋਈ ਹੈ ਕੋਈ ਐਕਸਟਰਾ ਮਾਸ ਦੀ ਗਰੋਥ ਹੋਈ ਹੈ ਅਤੇ ਇਸਦੇ ਕਰਕੇ ਜਿਵੇਂ ਹੋਸਪਿਟਲਾਂ 'ਚ ਲੋਕ ਜਾਂਦੇ ਨੇ ਤਾਂ ਉਹਨਾਂ ਨੂੰ ਡਰਾਵਾ ਦਿੱਤਾ ਜਾਂਦਾ ਕਿ ਇੱਦਾਂ ਓਪਰੇਟ ਕਰਨਾ ਪੈਣਾ ਵਾਰ ਵਾਰ ਓਪਰੇਟ ਕਰਵਾਉਣ ਤੋਂ ਬਾਅਦ ਵੀ ਲੋਕ ਜਿਹੜੇ ਨੇ ਸਹੀ ਨਹੀਂ ਹੋ ਪਾਉਂਦੇ ਕੀ ਕਰ ਰਹੇ ਵੀ ਮਤਲਬ ਓਪਰੇਟ ਤੋਂ ਇਲਾਵਾ ਵੀ ਕੀ ਇਹਦਾ ਇਲਾਜ ਹੈ ਜੇ ਇਲਾਜ ਹੈ ਤਾਂ ਕੀ ਇਲਾਜ ਹੈ ਕਿਵੇਂ ਡਾਇਗਨੋਜ਼ ਤੁਸੀਂ ਕਰਦੇ ਹੋ ਅਤੇ ਕਿਵੇਂ ਦੀ ਦਵਾਈ ਜਿਹੜੀ ਹੈ ਤੁਸੀਂ ਵੀ ਪੇਸ਼ੈਂਟਸ ਨੂੰ ਦਿੰਦੇ ਹੋ ਇਹ ਬਹੁਤ ਵਧੀਆ ਜੀ ਮੈਂ ਹਰ ਵਾਰੀ ਤੁਹਾਡੇ ਨਾਲ ਅੱਗੇ ਵੀ ਮੁਲਾਕਾਤ 'ਚ ਦੱਸਦਾ ਕਿ ਜਿਹੜਾ ਸਾਡਾ ਇਹ ਪੇਸ਼ੈਂਟ ਨੂੰ ਚੈੱਕ ਕਰਨ ਦਾ ਇੱਕ ਤਰੀਕਾ ਅਤੇ ਸਲੀਕਾ ਉਹ ਇੱਕ ਵਿਲੱਖਣ ਆ ਅਤੇ ਅਲੱਗ ਆ ਉਹੀ ਮੈਂ ਹਰੇਕ ਪੇਸ਼ੈਂਟ ਨੂੰ ਉਸੇ ਢੰਗ ਨਾਲ ਤਰੀਕੇ ਨਾਲ ਜਿਹੜਾ ਹੈਗਾ ਅਸੀਂ ਡਾਇਗਨੋਜ਼ ਕਰਦੇ ਹਾਂ ਨੇਲਸ ਦੇਖਦੇ ਹਾਂ ਟੰਗ ਦੇਖਦੇ ਹਾਂ ਆਈਜ਼ ਦੇਖਦੇ ਹਾਂ ਅਤੇ ਪਲਸ ਦੇਖ ਕੇ ਉੱਤੋਂ ਉਹਨਾਂ ਦਾ ਜਿਹੜਾ ਹੈਗਾ ਇੱਕ ਪ੍ਰੋਪਰ ਡਾਇਗਨੋਜ਼ ਕੀਤਾ ਜਾਂਦਾ ਐਜ ਅਕੋਰਡਿੰਗ ਟੂ ਜਿਹੜੇ ਆਪਣੇ ਭਾਰਤੀ ਸ਼ਾਸਤਰ ਹੈਗੇ ਨੇ ਉਹਨਾਂ ਦੇ ਅਕੋਰਡਿੰਗਲੀ ਜਾਂ ਬਾਇਓਲੋਜੀਕਲੀ ਸਿਸਟਮ ਆਫ ਇਲੈਕਟ੍ਰੋਪੈਥੀ ਦੇ ਅਕੋਰਡਿੰਗਲੀ ਉੱਥੋਂ ਸਾਨੂੰ ਪਤਾ ਲੱਗਦਾ ਕਿ ਪੇਸ਼ੈਂਟ ਦੇ ਅੰਦਰ ਵਾਤ ਵੱਧ ਗਈ ਆ ਪਿੱਤ ਵੱਧ ਗਈ ਆ ਕਿ ਕਫ ਵੱਧ ਗਈ ਆ ਕਿ ਨੇਲ ਇਹਦੇ ਜਿਹੜੇ ਹੈਗੇ ਆ ਉਹ ਸਾਨੂੰ ਕੀ ਇੰਡੀਕੇਸ਼ਨ ਦੇ ਰਹੇ ਆ ਟੰਗ ਇਹਦੀ ਕੀ ਇੰਡੀਕੇਸ਼ਨ ਦੇ ਰਹੀ ਆ ਅੱਖਾਂ ਪੇਸ਼ੈਂਟ ਦੀਆਂ ਸਾਨੂੰ ਕੀ ਕੁਛ ਦੱਸ ਰਹੀਆਂ ਕਿ ਇਹਦੇ ਅੰਦਰ ਕਿਹੜੀ ਪ੍ਰੋਬਲਮ ਕਦੋਂ ਤੋਂ ਉਤਪੰਨ ਹੋ ਰਹੀ ਪੈਦਾ ਹੋ ਰਹੀ
तो क्यों हुई है उतों सानू पता लगता कि भावें तुसी सवाल किया कि जिहड़ी मॉडर्न साइंस हैगी आ उन्हां कोल बहुत सारिया समस्यावां दा हल नहीं वो ये है कि अनवांटड ग्रोथ है ते कट के बाहर कढ दिओ पर फिर तो वो फसल दी तरह दोबारा उग जांदी है जी। पर सिस्टम ऑफ इलैक्ट्रोपैथी दे विच की हैगा कि उसी उस रूट काज नूं डायग्नोस करके बीमारी नूं जड़ तों लभ के फिर उसका जिहड़ा हैगा इलाज किया जांदा कि जिथों वो पैदा हुई है बीमारी ਜਿੱਥੋਂ ਅਨਵਾਂਟਡ ਗਰੋਥ ਪੈਦਾ ਹੋਈ ਆ ਨੇਜਲ ਕੰਜੈਸ਼ਨ ਪੈਦਾ ਹੋਈ ਆ ਰਨਿੰਗ ਨੋਜ਼ ਪੈਦਾ ਹੋਇਆ ਇਰੀਟੇਸ਼ਨ ਖਾਰਸ਼ ਪੈਦਾ ਹੋਈ ਆ ਅਤੇ ਜਿਹੜੀ ਨੇਜਲ ਕੈਵਿਟੀ 'ਚ ਜਾਂ ਸਿਰ ਦਾ ਜਿਹੜਾ ਬੁਖਾਰ ਪੈਦਾ ਹੋਇਆ ਉਹਦਾ ਕਾਰਨ ਲੱਭ ਕੇ ਸਿਸਟਮ ਆਫ ਇਲੈਕਟ੍ਰੋਪੈਥੀ ਦੇ ਨਾਲ ਉਹਨੂੰ ਜੜ ਤੋਂ ਕਦੀਮ ਤੋਂ ਮੁੜ ਤੋਂ ਹੱਲ ਕੀਤਾ ਜਾਂਦਾ ਜੀ। ਕਿਉਂਕਿ ਜਿਹੜੀ ਸਿਸਟਮ ਆਫ ਇਲੈਕਟ੍ਰੋਪੈਥੀ ਮੈਡੀਸਨ ਆ ਇਹ ਪੂਰੇ ਦੇ ਪੂਰੇ ਜੋ ਗੁਰਬਾਣੀ ਕਹਿੰਦੀ ਨੇ ਜੋ ਬ੍ਰਹਿਮੰਡੇ ਸੋਈ ਪਿੰਡੇ ਜਿਨ ਖੋਜਾ ਤਨ ਪਾਇਆ ਉਹਦੇ ਆਧਾਰ ਤੇ ਅੰਦਰੋਂ ਪੂਰੇ ਲਿੰਫ ਸਿਸਟਮ ਨੂੰ ਇਹ ਪਿਊਰੀਫਾਈ ਕਰਦੀ ਡੀਟੌਕਸੀਫਾਈ ਕਰਦੀ ਦੈਨ ਜੋ ਹੱਡੀਆਂ ਮਾਸ ਮਿਰਜ ਤੇ ਬਲੱਡ ਹੈਗਾ ਉਹਨੂੰ ਵੀ ਅਲੱਗ ਤੋਂ ਰੈਮਡੀਜ਼ ਹੈਗੀ ਆ ਇਲੈਕਟ੍ਰੋਪੈਥੀ ਦੇ ਵਿੱਚ ਜਿਹੜਾ ਉਹਦਾ ਜਾ ਕੇ ਪ੍ਰੋਪਰ ਟ੍ਰੀਟਮੈਂਟ ਕੀਤਾ ਜਾਂਦਾ ਅਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਅਨਵਾਂਟਡ ਗਰੋਥ ਹੋਈ ਰਨਿੰਗ ਨੋਜ਼ ਹੋਇਆ ਕੋਈ ਵੀ ਨੇਜ਼ਲ 'ਚ ਕੋਈ ਪ੍ਰੋਬਲਮ ਹੁੰਦੀ ਜਿਹੜੀ ਨੱਕ ਦੀ ਉਹਨੂੰ ਇਹ ਜੜ੍ਹ ਤੋਂ ਜਾ ਕੇ ਅੰਦਰ ਸੈੱਲ ਦੇ ਵਿੱਚ ਪੈਨੀਟ੍ਰੇਟ ਹੋ ਕੇ ਜੜ੍ਹ ਤੋਂ ਹੱਲ ਕਰਦੀ ਹੈ ਅਤੇ ਵਧੇ ਹੋਏ ਮਾਸ ਨੂੰ ਆਟੋਮੈਟਿਕਲੀ ਉਸੇ ਤਰ੍ਹਾਂ ਨੈਚੁਰਲ ਤਰੀਕੇ ਨਾਲ ਰਿਡਿਊਸ ਕਰ ਦਿੰਦੀ। ਪੇਸ਼ੈਂਟ ਨੂੰ ਪਤਾ ਵੀ ਨਹੀਂ ਲੱਗਦਾ ਜਦੋਂ ਬਾਅਦ 'ਚੋਂ ਕਿਤੇ ਐਕਸਰਾ ਕਰਾਉਂਦਾ ਜਾਂ ਦੇਖਦਾ ਕਿ ਉਹ ਕਹਿੰਦਾ ਕਿ ਮੈਂ ਫਿਜ਼ੀਕਲੀ ਮੈਂਟਲੀ ਬਿਲਕੁਲ ਫਿੱਟ ਹਾਂ ਪਰ ਫਿਰ ਵੀ ਇੱਕ ਦੁਨੀਆ ਦੇ ਤੌਰ 'ਤੇ ਉਹਨੂੰ ਚੈੱਕ ਕਰਾਉਣ ਵਾਸਤੇ ਜਦੋਂ ਉਹ ਚੈੱਕ ਕਰਾਉਂਦਾ ਤਾਂ ਉਹ 100% ਉਹ 'ਚੋਂ ਵੀ ਰਿਪੋਰਟਾਂ ਠੀਕ ਹੁੰਦੀਆਂ ਅਤੇ ਬੜਾ ਪੇਸ਼ੈਂਟ ਨੂੰ ਰਿਲੀਫ ਹੁੰਦਾ ਅਤੇ ਆਨੰਦ ਦੇ ਨਾਲ ਜੀਵਨ ਜਿਉਂਦਾ ਅਤੇ ਉਹਨਾਂ ਨੂੰ ਵਧੀਆ ਲੱਗਦਾ ਜੀ। ਤਾਂ ਮੈਂ ਚਾਹੂੰਗੀ ਕਿ ਇੱਕ ਵਾਰ ਤੁਸੀਂ ਇਹ ਵੀ ਦੱਸ ਦਿਓ ਕਿ ਟ੍ਰੀਟਮੈਂਟ ਜਿਹੜਾ ਇਹਦਾ ਕਿੰਨੇ ਕੁ ਸਮੇਂ ਦਾ ਹੁੰਦਾ, ਕਿੰਨੇ ਕੁ ਟਾਈਮ ਦੇ ਵਿੱਚ ਜਿਹਨਾਂ ਨੂੰ ਨੇਜ਼ਲ ਕੰਜੈਸ਼ਨ ਦੀ ਪ੍ਰੋਬਲਮ ਹੁੰਦੀ ਹੈ ਉਹ ਠੀਕ ਹੋਏ ਨੇ ਤੁਹਾਡੇ ਕੋਲ ਪੇਸ਼ੈਂਟ, ਅਤੇ ਉਦੋਂ ਬਾਅਦ ਆਪਣਾ ਇੱਕ ਕੰਟੈਕਟ ਨੰਬਰ ਐਡਰੈਸ ਵੀ ਜ਼ਰੂਰ ਮੈਂਸ਼ਨ ਕਰ ਦਿਓ ਤਾਂ ਕਿ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਇਹ ਜ਼ਰੂਰੀ ਜਾਣਕਾਰੀ ਜਿਹੜੀ ਉਹਨਾਂ ਤੱਕ ਪਹੁੰਚਦੀ ਹੋ ਸਕੇ। ਇਹ ਬਿਲਕੁਲ ਜੀ, ਜਿਹੜਾ ਟ੍ਰੀਟਮੈਂਟ ਹੈਗਾ ਉਹ ਪੇਸ਼ੈਂਟ ਦੀ ਏਜ ਦੇ ਮੁਤਾਬਕ ਹੁੰਦਾ, ਪੇਸ਼ੈਂਟ ਦੀ ਬਿਮਾਰੀ ਕਿੰਨੇ ਸਾਲਾਂ ਤੋਂ ਪੁਰਾਣੀ ਹੈਗੀ ਹੈ, ਕੀ ਉਹਨੇ ਪਹਿਲਾਂ ਪਰੇਟ ਕਰਵਾਇਆ ਜਾਂ ਨਹੀਂ ਕਰਵਾਇਆ, ਕੀ ਉਹਨੇ ਕੋਈ ਬਹੁਤ ਸਾਰੀਆਂ ਸਟੀਰੋਇਡ ਲਿੱਤੇ ਨੇ, ਨਹੀਂ ਲਿੱਤੇ, ਦਵਾਈਆਂ ਖਾਧੀਆਂ, ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜਾਂ ਫਿਰ ਜਦੋਂ ਉਹਨੂੰ ਅਸੀਂ ਡਾਇਗਨੋਸ ਕਰਦੇ ਉਸ ਦੇ ਅਕੋਰਡਿੰਗਲੀ ਪਤਾ ਲੱਗਦਾ ਕਿ ਇਹਨਾਂ ਦੀ ਇਮਿਊਨਿਟੀ ਜਿਹੜੀ ਪੇਸ਼ੈਂਟ ਦੀ ਹੈਗੀ ਆ ਉਹ ਕਿੰਨੀ ਕਿਹਾ ਕਿ ਉਹਨੂੰ 3 ਮਹੀਨੇ ਲੱਗਣਗੇ, 6 ਮਹੀਨੇ ਲੱਗਣਗੇ ਜਾਂ 8 ਮਹੀਨੇ ਲੱਗਣਗੇ, ਉਹਦੇ ਅਕੋਰਡਿੰਗਲੀ ਬਹੁਤ ਸਾਰੇ ਨੰਬਰ ਆਫ ਪੇਸ਼ੈਂਟ ਆ। ਮਿਨੀਮਮ ਜਿਹੜਾ ਹੈਗਾ 3 ਤੋਂ 6 ਮਹੀਨੇ ਦੇ ਵਿੱਚ ਉੱਦਾਂ ਠੀਕ ਹੋ ਜਾਂਦਾ, ਬਟ ਪੇਸ਼ੈਂਟ ਟੂ ਪੇਸ਼ੈਂਟ ਵੀ ਵੈਰੀ ਕਰਦਾ, ਪਰ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ 100% ਬਿਲਕੁਲ ਪੇਸ਼ੈਂਟ ਠੀਕ ਹੈ ਤਾਂ ਅੱਜ ਉਹ ਆਪਣੀ ਲਾਈਫ ਜਿਹੜੀ ਹੈ ਬੜੀ ਆਨੰਦ ਦੇ ਨਾਲ ਜੀ ਰਹੇ ਨੇ, ਬਿਲਕੁਲ ਹੈਲਦੀ ਨੇ ਅਤੇ ਬਿਲਕੁਲ ਠੀਕ ਨੇ। ਅਤੇ ਜਿਹੜਾ ਤੁਸੀਂ ਕੰਟੈਕਟ ਦੀ ਗੱਲ ਕੀਤੀ ਉਹ ਹੈਗਾ ਈ ਬਾਇਓਕੇਅਰਸ VPO ਫੂਲਪੁਰ ਨੀਅਰ ਲਾਂਬੜਾ ਜਾਂ ਨੀਅਰ ਸਿਟੀ ਇੰਸਟੀਚਿਊਟ ਜਲੰਧਰ ਦੇ ਵਿੱਚ ਤੁਸੀਂ ਸਾਡੇ ਨਾਲ ਫੋਨ 'ਤੇ ਕੰਟੈਕਟ ਕਰਦੇ ਹੋ ਕਰ ਸਕਦੇ ਹੋ 9872004445 ਜਾਂ ਫਿਰ 0181 ਲਗਾ ਕੇ 5104445 'ਤੇ। ਫਿਰ ਤੋਂ ਰਿਪੀਟ ਕਰਦੇ ਹਾਂ 0181 5104445। ਤਾਂ ਬਿਲਕੁਲ ਇਹ ਸਨ ਡਾਕਟਰ ਜਸਵਿੰਦਰ ਸਿੰਘ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ। ਤਾਂ ਅੱਜ ਅਸੀਂ ਗੱਲਬਾਤ ਕੀਤੀ ਹੈ ਨੇਜ਼ਲ ਕੰਜੈਸ਼ਨ ਦੇ ਉੱਤੇ, ਜਿਨ੍ਹਾਂ ਦੀ ਨੱਕ ਦੀ ਹੱਡੀ ਵੱਧਦੀ ਹੈ, ਬਾਰ ਬਾਰ ਨੱਕ ਦੀ ਐਲਰਜੀ ਹੁੰਦੀ ਹੈ, ਛਿੱਕਾਂ ਆਉਂਦੀਆਂ ਨੇ, ਨੱਕ ਦੇ ਵਿੱਚ ਪ੍ਰੋਬਲਮ ਰਹਿੰਦੀ ਹੈ, ਰਨਿੰਗ ਨੋਜ਼ ਰਹਿੰਦਾ, ਤਾਂ ਉਹਦੀ ਜੋ ਕਿਸ ਤਰੀਕੇ ਦੇ ਨਾਲ ਉਹ ਹੁੰਦਾ ਔਰ ਉਹਦਾ ਇਲਾਜ ਕੀ ਹੈ, ਉਸ ਦੇ ਬਾਰੇ ਤਮਾਮ ਜਿਹੜੀ ਗੱਲਬਾਤ ਹੈ ਜੋ ਡਾਕਟਰ ਜਸਵਿੰਦਰ ਹੋਣਾ ਦੇ ਨਾਲ ਕੀਤੀ ਹੈ। ਤਾਂ ਜੇਕਰ ਤੁਹਾਡੇ ਵੀ ਆਲੇ ਦੁਆਲੇ ਕੋਈ ਇਹੋ ਜਿਹਾ ਪਰਸਨ ਹੈ ਜਿਸ ਨੂੰ ਨੇਜ਼ਲ ਕੰਜੈਸ਼ਨ ਦੀ ਪ੍ਰੋਬਲਮ ਹੈ, ਤਾਂ ਇੱਕ ਵਾਰ ਇਸ ਕਲੀਨਿਕ ਦੇ ਵਿੱਚ ਆ ਕੇ ਦਵਾਈ ਜ਼ਰੂਰ ਖਾਓ ਔਰ ਤੁਸੀਂ ਵੀ ਇਸ ਕਲੀਨਿਕ ਤੋਂ ਦਵਾਈ ਖਾਣ ਤੋਂ ਬਾਅਦ ਜਿੱਦਾਂ ਬਹੁਤ ਹੀ ਮਰੀਜ਼, ਅਣਗਿਣਤ ਮਰੀਜ਼ ਇੱਥੋਂ ਦੀ ਠੀਕ ਹੁੰਦੇ ਨੇ, ਤਾਂ ਤੁਹਾਡੀ ਵੀ ਉਸ ਪ੍ਰੋਬਲਮ ਨੂੰ ਜਿਹੜਾ ਬਿਹਤਰੀਨ ਤਰੀਕੇ ਦੇ ਨਾਲ ਉਸਦਾ ਇਲਾਜ ਕੀਤਾ ਜਾਏਗਾ, ਤੁਸੀਂ ਵੀ ਨੋਰਮਲ ਅਤੇ ਬਿਹਤਰ ਜ਼ਿੰਦਗੀ ਜਿਹੜੀ ਹੈ ਜੀ ਸਕਦੇ ਹੋ। ਧੰਨਵਾਦ।